ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਦਾਤਾ ਜੀ ਤੇਰੀਆਂ ਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਤੇਰੀਆਂ ਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਜੀ ਤੇਰੀਆਂ ਚਾਈਆਂ ਸਾਰੀਆਂ ਪਾਪਾ ਜੀ।
ਚਾਹੀਆਂ ਖੇਡਾਂ ਸਾਰੀਆਂ, ਤੇਰੀ ਯਾਰ ਚਾਹੀਆਂ ਖੇਡਾਂ ਸਾਰੀਆਂ। ਨਾਲੇ ਤੇ ਹੁਣ ਘਰਵਾਲੀ ਦਾ ਸਰੀਰ ਸਾਂਭ ਰਿਹਾ, ਆਤਮ ਸੰਸਕਾਰ ਦੀ ਤਿਆਰੀ ਹੋ ਰਹੀ ਹੈ, ਤੇ ਨਾਲੇ ਮਾਲਕ ਦੇ ਹੁਕਮ ਵਿੱਚ ਸੱਚੇ ਪਾਤਸ਼ਾਹ ਤੇਰੀਆਂ ਤੂੰ ਹੀ ਜਾਣੀ। ਫਿਰ ਸਤਿਗੁਰਾਂ ਦਾ ਵਚਨ ਵੀ ਯਾਦ ਆਉਂਦਾ ਹੈ, ਸੱਚੇ ਪਾਤਸ਼ਾਹ ਨੇ ਕਿਹਾ ਸੀ ਮਾਧੋ ਬੜੇ ਬੜੇ ਇਮਤਿਹਾਨ ਪੈਣੇ, ਬੜੇ ਬੜੇ ਪਰਚੇ ਪੈ ਸਕਦੇ ਨੇ, ਤੇ ਜਦੋਂ ਪਰਚਾ ਪੈਂਦਾ ਇਮਤਿਹਾਨ ਪੈਂਦੇ ਨੇ, ਬੜੇ ਬੜੇ ਡੋਲ ਜਾਂਦੇ, ਬੜੇ ਬੜੇ ਡੋਲ ਜਾਂਦੇ ਨੇ। ਗੁਰੂ ਦੀ ਰਜਾ ਵਿੱਚ ਰਹਿ, ਗੁਰੂ ਦੇ ਭਾਣੇ ਵਿੱਚ ਰਹਿ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਜੋ ਹੋ ਰਿਹਾ ਮਾਲਕ ਦੇ ਹੁਕਮ ਵਿੱਚ ਹੀ ਹੋ ਰਿਹਾ। ਕਹਿੰਦੇ ਚੋਰ ਹੁਣ ਤੁਰਿਆ ਜਾਂਦਾ ਹੈ, ਮਨ ਦੇ ਵਿੱਚ ਪਛਤਾਵਾ ਵੀ ਹੈ, ਰੋਂਦਾ ਵੀ ਹੈ, ਮੇਰੇ ਤੋਂ ਕੀ ਹੋ ਗਿਆ, ਪਾਪ ਬੁਰਾ ਪਾਪੀ ਕੋ ਪਿਆ। ਜਦੋਂ ਪਾਪ ਸਿਰ ਤੇ ਸਵਾਰ ਹੋ ਜਾਏ, ਕਾਮ ਕ੍ਰੋਧ ਕਾਇਆ ਕੋ ਗੱਲ, ਕਹਿੰਦੇ ਜਦੋਂ ਪਾਪੀ ਪਾਪ ਕਰਦਾ ਹੈ ਨਾ, ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਪਾਂ ਸ਼ਹੀਦੀ ਦਿਹਾੜਾ ਲੰਘਿਆ, ਦਿੱਲੀ ਚਾਂਦਨੀ ਚੌਂਕ ਵਿਖੇ ਔਰੰਗਜ਼ੇਬ ਦੇ ਕਹਿਣ ਤੇ ਇਹ ਭਾਣਾ ਵਾਪਰਿਆ, ਪਾਪੀ ਨੇ ਪਾਪ ਕਮਾਇਆ। ਕਹਿੰਦੇ ਧਰਤੀ ਡੋਲ ਜਾਂਦੀ ਹੈ, ਅਸਮਾਨ ਡੋਲ ਜਾਂਦਾ, ਆਕਾਸ਼ ਸਾਰੇ ਡੋਲ ਜਾਂਦੇ ਨੇ, ਪਰ ਪਾਪੀ ਬੰਦੇ ਦਾ ਮਨ ਨਹੀਂ ਡੋਲ, ਕਾਇਨਾਤ ਕੰਬ ਜਾਂਦੀ ਹੈ, ਪਰ ਪਾਪੀ ਬੰਦੇ ਦਾ ਮਨ ਪਤਾ ਨਹੀਂ ਕਿਉਂ ਨਹੀਂ ਕੰਬਦਾ। ਚੰਦ ਡੋਲਦਾ ਆਕਾਸ਼ ਤਾਰੇ ਡੋਲਦੇ, ਚੰਦ ਡੋਲਦਾ ਆਕਾਸ਼ ਤਾਰੇ ਡੋਲਦੇ, ਚੰਦ ਡੋਲਦਾ ਆਕਾਸ਼ ਤਾਰੇ ਡੋਲਦੇ, ਚੰਦ ਡੋਲਦਾ ਆਕਾਸ਼ ਤਾਰੇ ਡੋਲਦਾ
ਆਕਾਸ਼ ਤਾਰੇ ਡੋਲਦੇ, ਚੰਦ ਡੋਲਦਾ ਆਕਾਸ਼ ਤਾਰੇ ਡੋਲਦੇ, ਚੰਦ ਡੋਲਦਾ ਆਕਾਸ਼ ਤਾਰੇ ਡੋਲਦੇ, ਸਭ ਚੀਜ਼ਾਂ ਡੋਲ ਜਾਂਦੀਆਂ ਪਰ ਪਾਪੀ ਬੰਦੇ ਦਾ ਪਾਪ ਕਰਨ ਵੇਲੇ ਮਨ ਕਿਉਂ ਨਹੀਂ ਡੋਲਦਾ, ਉਹਦਾ ਹਿਰਦਾ ਕਿਉਂ ਨਹੀਂ ਕੰਬਦਾ? ਕਹਿੰਦੇ ਹੁਣ ਇਹ ਚੋਰ ਤੋਂ ਪਾਪ ਹੋ ਗਿਆ, ਗੁਰਸਿੱਖ ਦੇ ਪਿਆਰ ਨੇ, ਗੁਰਸਿੱਖ ਦੇ ਸਤਿਕਾਰ ਨੇ ਇਹਦਾ ਮਨ ਬਦਲ ਦਿੱਤਾ। ਕਹਿੰਦੇ ਜੀਵਨ ਵੀ ਇੱਕ ਪ੍ਰਚਾਰ ਹੋਇਆ ਕਰਦਾ ਹੈ, ਇਹ ਨਹੀਂ ਹੈ ਵੀ ਪ੍ਰਚਾਰ ਹੈ ਜਿਹੜਾ ਉਹ ਸਟੇਜਾਂ ਤੇ ਬੈਠ ਕੇ ਹੁੰਦਾ, ਪ੍ਰਚਾਰ ਇੱਕ ਢਾਡੀ ਹੀ ਕਰਦੇ ਨੇ, ਪ੍ਰਚਾਰ ਇੱਕ ਕਵਿਸਰ ਹੀ ਕਰਦੇ ਨੇ, ਪ੍ਰਚਾਰ ਇੱਕ ਕੀਰਤਨੀਆਂ ਹੀ ਕਰਦੇ ਨੇ, ਪ੍ਰਚਾਰ ਕਥਾ ਵਾਚਕ ਹੀ ਕਰਦੇ ਨੇ। ਬੰਦੇ ਦਾ ਜੀਵਨ ਵੀ ਪ੍ਰਚਾਰ ਹੁੰਦਾ ਹੈ, ਜ਼ਰੂਰੀ ਨਹੀਂ ਪ੍ਰਚਾਰ ਬੋਲ ਕੇ ਹੀ ਹੁੰਦਾ ਹੈ। ਸਾਡਾ ਪਹਿਰਾਵਾ ਵੀ ਇੱਕ ਪ੍ਰਚਾਰ ਹੈ, ਸਾਡੀ ਬੋਲਣੀ ਸਾਡੀ ਬੋਲੀ ਵੀ ਇੱਕ ਪ੍ਰਚਾਰ ਹੈ, ਸਾਡੀ ਬੈਠਣੀ ਉੱਠਣੀ ਵੀ ਇੱਕ ਪ੍ਰਚਾਰ ਹੈ,
ਸਾਧ ਸੰਗਤ ਭਾਈ ਮਾਧੋ ਦਾ ਜੀਵਨ ਹੀ ਪ੍ਰਚਾਰ ਬਣਿਆ। ਉਹਦੇ ਜੀਵਨ ਨੇ, ਉਹਦੇ ਪਿਆਰ ਨੇ, ਉਹਦੇ ਸਤਿਕਾਰ ਨੇ, ਉਹਦੀ ਭਾਵਨਾ ਨੇ ਗੁਰਸਿੱਖ ਦੇ ਪਿਆਰ ਨੇ ਸਤਿਕਾਰ ਨੇ ਚੋਰ ਦਾ ਹਿਰਦਾ ਬਲੁੰਦਰ ਕੇ ਰੱਖ ਲਿਆ। ਮਨਾ ਉਹਨੇ ਤੇਰਾ ਇੰਨਾ ਪਿਆਰ ਕੀਤਾ, ਸਤਿਕਾਰ ਕੀਤਾ, ਤੇ ਤੂੰ ਉਹਦੇ ਨਾਲ ਕੀ ਕੀਤੀ? ਕਿੱਥੇ ਬਖਸ਼ਿਆ ਜਾਏਗਾ? ਕਹਿੰਦੇ ਉਸ ਦਿਨ ਤੋਂ ਚੋਰੀ ਤੇ ਛੱਡ ਦਿੱਤੀ, ਪਰ ਉਹ ਜਿਹੜਾ ਕੀਤਾ ਹੋਇਆ ਪਾਪ ਸੀ ਉਹ ਵਾਰ ਵਾਰ ਆਪਣੀਆਂ ਅੱਖਾਂ ਦੇ ਸਾਹਮਣੇ ਆ ਰਿਹਾ ਹੈ। ਉਹ ਸਮਾਂ ਵਾਰ ਵਾਰ ਅੱਖਾਂ ਦੇ ਸਾਹਮਣੇ ਆ ਰਿਹਾ, ਉਹ ਤਰਲੇ ਪਾਉਂਦੀ ਨਜ਼ਰ ਆ ਰਹੀ ਹੈ। ਵੀਰ ਜੀ ਸਭ ਕੁਝ ਹੀ ਲੈ ਜਾਓ, ਮੇਰੇ ਘਰ ਵਾਲਾ ਘਰ ਨਹੀਂ ਹੈ, ਮੈਨੂੰ ਛੱਡ ਦੇ, ਜੋ ਹੈ ਸਭ ਕੁਝ ਲੈ ਜਾਓ, ਪਰ ਮੈਨੂੰ ਮਾਰੋ ਨਾ, ਮੈਂ ਤੁਹਾਡੀ ਭੈਣਾਂ ਵਰਗੀ ਹਾਂ। ਉਹ ਤਰਲੇ ਪਾਉਂਦੀ ਏਦਾਂ ਹੀ ਨਜ਼ਰ ਆ ਰਹੀ ਹੈ। ਕਹਿੰਦੇ ਸਮਾਂ ਬੀਤਦਾ ਜਾਂਦਾ ਤੇ ਭਾਈ ਮਾਧੋ ਸਤਿਗੁਰਾਂ ਦੀ ਸੰਗਤ ਉਸੇ ਤਰ੍ਹਾਂ ਹੀ ਕਰਦਾ ਹੈ। ਕਹਿੰਦੇ ਕਈ ਸਾਲ ਬੀਤ ਗਏ, ਕਈ ਸਾਲ ਬੀਤ ਗਏ, ਪਰ ਉਹ ਚੋਰ ਨੂੰ ਉਹਦਾ ਸੁੱਖ ਆਰਾਮ ਸਭ ਕੁਝ ਲੁੱਟਿਆ ਗਿਆ। ਉਹਦੀ ਰਾਤਾਂ ਦੀ ਨੀਂਦ, ਦਿਨ ਦਾ ਚੈਨ, ਟੱਕਰਾਂ ਮਾਰਦਾ ਕੰਧਾਂ ਦੇ ਨਾਲ ਰੋਂਦਾ ਹੈ। ਰੋਵੇ ਵੀ ਕਿਵੇਂ ਨਾ। ਕਹਿੰਦੇ ਜਦੋਂ ਬੰਦਾ ਕਿਸੇ ਦਾ ਕਤਲ ਕਰਦਾ, ਇਹ ਨਾ ਸਮਝੇ ਵੀ ਮੈਂ ਇਹਦਾ ਕਤਲ ਕਰ ਰਿਹਾ, ਕਤਲ ਉਹ ਆਪਣਾ ਹੀ ਕਰ ਰਿਹਾ, ਮਾਰ ਉਹ ਆਪਣੇ ਆਪ ਨੂੰ ਹੀ ਰਿਹਾ ਹੈ। ਹੁਣ ਉਹਨੂੰ ਕੀਤਾ ਹੋਇਆ ਪਾਪ ਅੱਖਾਂ ਦੇ ਸਾਹਮਣੇ ਆਉਂਦਾ। ਜਦੋਂ ਪਾਪ ਅੱਖਾਂ ਦੇ ਸਾਹਮਣੇ ਆਉਂਦਾ ਹੈ ਨਾ, ਫਿਰ ਰੋਂਦਾ ਹੈ। ਜਦੋਂ ਕੀਤੀਆਂ ਕਰਤੂਤਾਂ ਆਉਂਦੀਆਂ ਸਾਹਮਣੇ, ਕੀਤੀਆਂ ਕਰਤੂਤਾਂ ਆਉਂਦੀਆਂ ਸਾਹਮਣੇ, ਰੋਵੇ ਬੈਠਾ ਕਰਮਾਂ, ਕੀਤੀਆਂ ਕਰਤੂਤਾਂ ਆਉਂਦੀਆਂ ਸਾਹਮਣੇ, ਰੋਵੇ ਬੈਠਾ ਕਰਮਾਂ। ਜਦੋਂ ਕੀਤੀਆਂ ਕਰਤੂਤਾਂ ਆਉਂਦੀਆਂ ਸਾਹਮਣੇ,
ਕੀਤੀਆਂ ਪਰ ਟੁੱਟਾਂ ਸਾਹਮਣੇ ਰੋਲੇ ਬੇਟਾ ਕਰੋ ਮਾਰੋ ਕੀਤੀਆਂ ਪਰ ਟੁੱਟਾਂ ਸਾਹਮਣੇ ਰੋਲੇ ਬੇਟਾ ਕਰੋ ਮਾਰੋ ਰੋਵੇ ਬੈਠਾ ਕਰੇ ਪਿਆਰੇ ਰੋਵੇ ਬੈਠਾ ਕਰੇ ਰੋਵੇ ਬੈਠਾ ਕਰੋ ਮਾਰੋ ਮੇਰੇ ਪਿਆਰੇ ਰੋਵੇ ਬੈਠਾ ਕਰੋ ਮਾਰੋ ਜਦੋਂ ਕੀਤੀਆਂ ਕਰਤੂਤਾਂ ਆਉਂਦੀਆਂ ਸਾਹਮਣੇ ਕਰਤੂਤਾਂ ਆਉਂਦੀਆਂ ਸਾਹਮਣੇ ਰੋਵੇ ਬੈਠਾ ਕਰੋ ਮਾਰੋ ਕੀਤੀਆਂ ਸਾਹਮਣੇ ਰੋਵੇ ਬੈਠਾ ਕਰੋ ਮਾਰੋ ਕੀਤੀਆਂ ਪਰ ਤੂੰ ਸਾਹਮਣੇ ਰੋਵੇ ਬੈਠਾ ਕਰੋ ਮਾਰੋ ਜਦੋਂ ਕੀਤੀਆਂ ਪਰ ਤੂੰ ਸਾਹਮਣੇ ਰੋਵੇ ਬੈਠਾ ਕਰੋ ਮਾਰੋ ਕੀਤੀਆਂ ਪਰ ਤੂੰ ਸਾਹਮਣੇ ਰੋਵੇ ਬੈਠਾ ਕਰੋ ਮਾਰੋ ਜਦੋਂ ਕੀਤੀਆਂ ਪਰ ਤੂੰ ਸਾਹਮਣੇ ਰੋਵੇ ਬੈਠਾ ਕਰੋ ਮਾਰੋ ਵਾਹਿਗੁਰੂ ਪਾਪੀ ਕਰਮ ਕੁਮਾਰ ਹਰ ਹਾਏ ਹਾਏ ਜੋ ਮਥਨ ਮੁੰਡ